ਤੁਹਾਡੇ ਭਰਾ ਨੂੰ ਰਿਸ਼ਤਾ ਵੇਖਣ ਵਾਲੇ ਆ ਗਏ। ਦੋ ਘੰਟੇ ਗੱਪ ਸ਼ੱਪ ਤੋਂ ਬਾਅਦ ਨਾ ਮੈਂ ਜੇਬ ਚ ਬਬਲ ਕੱਢੀ ਤੇ ਚਬਾਣੀ ਸ਼ੁਰੂ ਕਰਤੀ। ਸੋਹਰਾ ਮੇਰੇ ਵੱਲ ਐ ਵੇਖੇ ਜਿਵੇਂ ਮੈਂ ਕੋਈ ਗੈਰ ਕਾਨੂੰਨੀ ਕੰਮ ਕਰ ਲਿਆ ਹੁੰਦਾ। ਮੈਂ ਪੁੱਛਿਆ ਜਨਾਬ ਸਾਹਿਬ ਕੀ ਹੋਇਆ ਜਿਹੜਾ ਇੰਨੇ ਗੁੱਸੇ ਚ ਵੇਖ ਰਹੇ ਹੋ? ਕਹਿੰਦਾ ਤੂੰ ਬਬਲ ਵੀ ਚਬਾਨਾ। ਮੈਂ ਕਿਹਾ ਨਹੀਂ, ਜਦੋਂ ਮੈਨੂੰ ਸਾਦਾ ਸਿਗਰਟ ਪੀਣ ਨੂੰ ਨਾ ਲੱਭੇ ਫਿਰ ਚਬਾਨਾ ਉਹਨੂੰ। ਕਹਿੰਦਾ ਤੂੰ ਸਾਦਾ ਸਿਗਰਟ ਵੀ ਪੀਣਾ? ਮੈਂ ਕਿਹਾ ਨਹੀਂ, ਮੈਂ ਪੀਣਾ ਭਰੀ ਆ, ਜਦੋਂ ਭਰੀ ਨਾ ਲੱਭੇ ਫਿਰ ਸਾਦਾ ਪੀ ਲੈਣਾ। ਕਹਿੰਦਾ ਤੂੰ ਭਰੀ ਸਿਗਰਟ ਵੀ ਪੀਣਾ? ਮੈਂ ਕਿਹਾ ਨਹੀਂ, ਜਦੋਂ ਸ਼ੀਸ਼ਾ ਨਾ ਲੱਭੇ ਪੀਣ ਨੂੰ ਫਿਰ ਮੈਂ ਪੀਣਾ ਹੁਣਾ ਭਰੀ। ਕਹਿੰਦਾ ਤੂੰ ਸ਼ੀਸ਼ਾ ਵੀ ਪੀਣਾ? ਮੈਂ ਕਿਹਾ ਨਹੀਂ, ਜਦੋਂ ਦਾਰੂ ਪੀਣ ਨੂੰ ਨਾ ਲੱਭੇ ਫਿਰ ਮੈਂ ਸ਼ੀਸ਼ਾ ਪੀਣਾ। ਕਹਿੰਦਾ ਤੂੰ ਦਾਰੂ ਵੀ ਪੀਣਾ? ਮੈਂ ਕਿਹਾ 2 ਸਾਲ ਜੇਲ੍ਹ ਚ ਰਿਹਾ ਟਕਿਆ, ਉੱਥੇ ਦਾਰੂ ਨਾ ਪੀਂਦਾ ਤੇ ਹੋਰ ਕੀ ਪੀਂਦਾ? ਕਹਿੰਦਾ ਤੂੰ ਜੇਲ੍ਹ ਚ ਵੀ ਰਿਹਾ 2 ਸਾਲ? ਮੈਂ ਕਿਹਾ ਹਾਂ। ਕਹਿੰਦਾ ਵਾਕਿਆ ਸੁਣਾ ਕੀ ਹੋਇਆ? ਮੈਂ ਕਿਹਾ ਬੜੀ ਲੰਮੀ ਕਹਾਣੀ ਹੈ, ਛੱਡੋ। ਕਹਿੰਦਾ ਨਹੀਂ, ਫਿਰ ਵੀ ਦੱਸ ਸਹੀ। ਮੈਂ ਕਿਹਾ ਰਿਸ਼ਤਾ ਵੇਖਣ ਵਾਲੇ ਆ ਗਏ ਸੀ, ਸਹੁਰੇ ਮੇਰੇ ਨੇ ਬੜੇ ਸਵਾਲ ਪੁੱਛੇ, ਮੈਂ ਉਹ ਤੇ ਬਰਦਾਸ਼ਤ ਕਰ ਲਏ। ਜਾਣ ਲੱਗਾ ਰਿਸ਼ਤੇ ਤੋਂ ਨਾ ਕਰ ਗਿਆ, ਮੇਰੇ ਕੋ ਕਤਲ ਹੋ ਗਿਆ। ਮੈਂ ਗੱਲ ਸੁਣਾਈ ਤੇ ਮੇਰਾ ਸਹੁਰਾ ਚੁੱਪ ਹੋ ਗਿਆ। ਮੈਂ ਕਿਹਾ ਬੋਲੋ ਜਨਾਬ, ਹੁਣ ਬੋਲ ਨਹੀਂ ਰਹੇ, ਉਹ ਚੁੱਪ। ਉਹ ਮੈਂ ਕਿਹਾ ਰਿਸ਼ਤੇ ਦੇ ਤੇ ਦੱਸੋ ਹਾਂ ਜਾਂ ਨਾ? ਕਹਿੰਦਾ ਗੱਲਾਂ ਪੁੱਛਣੀਆਂ ਦੀ ਪੁੱਛ ਲੀਆਂ, ਰਿਸ਼ਤਾ ਪੱਕਾ ਹੋ ਗਿਆ, ਮੂੰਹ ਕਰੋ ਮੂੰਹ ਮਿੱਠਾ ਸਾਰੇ। ਜਿਹੜੇ ਬਾਈ ਨੇ ਮੇਰੀ ਮੰਗਣੀ ਦੀ ਖਬਰ ਸੁਣ ਲਈ ਆ, ਉਹ ਕਮੈਂਟ ਦੇ ਵਿੱਚ ਮੁਬਾਰਕਬਾਦ ਦੇ, ਤਾਂ ਕਿ ਮੈਨੂੰ ਪਤਾ ਲੱਗੇ ਕਿਹੜੇ ਬਾਈ ਨੇ ਮੇਰੀ ਮੰਗਣੀ ਦੀ।